ਪੰਜਾਬ ਭਰ ਵਿੱਚ ਜਾਰੀ ਕੀਤੇ ਗਏ ਹਾਈ ਅਲਰਟ ਨੂੰ ਲੈ ਕੇ ਪੁਲਿਸ ਫੋਰਸ ਮੁਸਤੈਦ ਨਜ਼ਰ ਆ ਰਹੀ ਹੈ। ਅੰਮ੍ਰਿਤਸਰ ਵਿੱਚ ਵੀ ਸੁਰੱਖਿਆ ਦੇ ਕਰੜੇ ਇੰਤਜ਼ਾਮ ਕੀਤੇ ਗਏ ਨੇ। ਪੁਲਿਸ ਟੀਮਾਂ ਵੱਲੋਂ ਥਾਂ ਥਾਂ ਤੇ ਨਾਕੇਬੰਦੀ ਕਰਕੇ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਯਕੀਨੀ ਬਣਾਈ ਜਾ ਰਹੀ ਹੈ। ਰੇਲਵੇ ਸਟੇਸ਼ਨ ਤੇ ਵੀ ਰੇਲਵੇ ਪੁਲਿਸ ਨੇ ਚੌਕਸੀ ਵਧਾ ਦਿੱਤੀ ਹੈ। ਇਹ ਹਾਈਲਾਈਟ ਜਿਹੜਾ 3-4 ਦਿਨ ਤੋਂ ਚੱਲ ਰਿਹਾ, ਜਿਹੜੀ ਕੋਈ ਇਨੋਵਾ ਕਾਰ ਜਿਹੜੀ ਆ ਪਠਾਨਕੋਟ ਸਾਈਡ ਤੋਂ ਖੋਈ ਆ, ਡਾਊਟਫੁੱਲ ਬੰਦੇ ਆ, ਸਸਪੈਕਟਡ ਪਰਸਨ, ਉਹਦੇ ਵਿਹਾਰ 'ਤੇ ਅੰਮ੍ਰਿਤਸਰ ਸ਼ਹਿਰ ਸਿਟੀ ਸਾਰੇ ਦੇ ਵਿੱਚ ਜਿਹੜਾ ਅਲਰਟ ਚੱਲ ਰਿਹਾ, ਸਾਡੀ ਨਾਕਾਬੰਦੀ ਚੱਲ ਰਹੀ ਆ 24 ਆਵਰਸ। ਜਿਸ ਤਰ੍ਹਾਂ ਅੱਜ ਅਸੀਂ ਰੇਲਵੇ ਸਟੇਸ਼ਨ ਦੀ ਜਿਹੜੀ ਚੈਕਿੰਗ ਕਰ ਰਹੇ ਹਾਂ, ਵੈਸੇ ਤਾਂ ਸਾਡੀ ਰੂਟੀਨ ਦੇ ਵਿੱਚ ਚੈਕਿੰਗ ਚੱਲਦੀ ਰਹਿੰਦੀ ਹੈ। ਇੱਥੇ ਸਾਡੇ ਐਂਟਰੀ ਪੁਆਇੰਟ ਦੇ ਵੀ 24 ਆਵਰ ਨਾਕਾਬੰਦੀ ਹੁੰਦੀ ਆ, ਔਰ GRP ਜਿਹੜੀ ਹੈ ਉਹਨਾਂ ਦੇ ਵੱਖਰੇ ਜਿਹੜੇ ਆਪਣੇ ਮੁਲਾਜ਼ਮ ਨੇ ਉਹ ਤੈਨਾਤ ਨੇ। ਫਿਰ ਵੀ ਸਪੈਸੀਫਿਕ ਇਨਪੁੱਟ ਕਰਕੇ ਜਿਹੜੀ ਚੈਕਿੰਗ ਆ ਉਹ ਵਧਾਈ ਗਈ ਹੈ, ਕਾਫੀ ਬਰੀਕੀ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਅੱਜ ਅਸੀਂ ਜਿਸ ਤਰ੍ਹਾਂ ਐਂਟੀ ਸੈਬੋਟੇਜ ਟੀਮਸ ਵਗੈਰਾ ਆਈਆਂ ਨੇ, ਉਹਦੇ ਨਾਲ ਸਾਰੀ ਪ੍ਰੋਪਰ ਜਿਹੜੀ ਚੈਕਿੰਗ ਕੀਤੀ।